1968 ਵਿੱਚ ਬਣਿਆ ਆਸਟ੍ਰੇਲੀਆ ਦਾ ਪਹਿਲਾ ਗੁਰਦੁਆਰਾ ਮਿੰਨੀ ਪੰਜਾਬ ਵੂਲਗੂਲਗਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲ 1901 ਦੀ ਹੈ ਜਦੋਂ ਠਾਕੁਰ ਸਿੰਘ ਆਪਣੇ ਦੋ ਸਾਥੀਆਂ ਨਾਲ ਜਲੰਧਰ ਤੋਂ ਆਸਟ੍ਰੇਲੀਆ ਆਏ। ਮੇਰਾ ਬਾਬਾ ਜੀ ਠਾਕੁਰ ਸਿੰਘ ਉਹ 1901 ਵਿੱਚ ਆਏ ਸੀਗੇ। ਆਪਣੇ ਜਿਸ ਤਰ੍ਹਾਂ ਦੇ ਰਸਤੇ ਹੋਏ ਉਹ ਖੇਤੀਬਾੜੀ ਦਾ ਕੰਮ ਪੰਜਾਬ ਵਿੱਚ ਕਰਦੇ ਸੀ ਅਤੇ ਜਦੋਂ ਇੱਥੇ ਆਏ ਇੱਥੇ ਵੀ ਉਹ ਕੰਮ ਖੇਤੀਬਾੜੀ ਦਾ ਕਰਨ ਆਇਆ। ਅਤੇ ਪਹਿਲਾਂ ਹੁਣ ਇਸ ਤਰ੍ਹਾਂ ਨਹੀਂ ਸੀ ਕਿ ਅਸੀਂ ਇੱਥੇ ਆਪਣੇ ਆਸਟ੍ਰੇਲੀਆ ਆਪਣਾ ਘਰ ਇੱਥੇ ਸਦਾ ਹੀ ਰਹਿਣਾ ਹੈ। ਉਹ ਤਾਂ ਸਿਰਫ 4-5 ਸਾਲ ਹੀ ਆਉਂਦੇ ਸੀਗੇ ਅਤੇ ਕੰਮ ਕਰਕੇ ਪੈਸੇ ਜਿੰਨੇ ਵੀ ਕਮਾ ਕਰੋ ਵਾਪਸ ਇੰਡੀਆ ਜਾ ਕੇ ਉਹੀ ਆਪਣੇ ਘਰ ਬਾਰ ਬਣਾਉਣਾ ਜਾਂ ਖੇਤੀ ਜਾਂ ਹੋਰ ਜ਼ਮੀਨ ਖਰੀਦਣੀ ਅਤੇ ਬਾਕੀ ਪਰਿਵਾਰ ਦੀ ਵੀ ਮਦਦ ਕਰਨੀ। ਇਤਿਹਾਸਕਾਰਾਂ ਮੁਤਾਬਕ 19ਵੀਂ ਸਦੀ ਦੇ ਮੱਧ ਤੋਂ ਜਦੋਂ ਸਿੱਖਾਂ ਨੂੰ ਬਰਤਾਨਵੀ ਫੌਜ ਨਾਲ ਹਾਂਗਕਾਂਗ ਅਤੇ ਸਿੰਗਾਪੁਰ ਭੇਜਿਆ ਗਿਆ ਤਾਂ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਖੇਤੀਬਾੜੀ ਬਾਰੇ ਪਤਾ ਲੱਗਿਆ। 19ਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਕੰਮਾਂ ਲਈ ਸਿੱਖ ਅਤੇ ਪੰਜਾਬੀ ਮੁਸਲਮਾਨ ਆਸਟ੍ਰੇਲੀਆ ਪਹੁੰਚਣ ਲੱਗੇ। ਉਹਨਾਂ ਨੂੰ ਵੂਲਗੂਲਗਾ ਵਿੱਚ ਕੰਮ ਮਿਲਣ ਲੱਗਿਆ ਅਤੇ ਉਹ ਇੱਥੇ ਆਉਣ ਲੱਗੇ। ਸਥਾਨੀ ਲੋਕ ਬਤਾਤੇ ਹੈ ਕਿ ਸ਼ੁਰੂਆਤੀ ਸਾਲੋਂ ਮੇਂ ਪੰਜਾਬ ਸੇ ਯਹਾਂ ਸਿਰਫ ਪੁਰਸ਼ ਆਤੇ ਥੇ, ਉਹ ਯਹਾਂ ਕੁਛ ਸਾਲ ਕਾਮ ਕਰਤੇ ਥੇ, ਉਸਕੇ ਬਾਅਦ ਵਾਪਸ ਚਲੇ ਜਾਤੇ ਥੇ ਤਾਕਿ ਦੁਬਾਰਾ ਯਹਾਂ ਪਰ ਆ ਸਕੇ। ਲੇਕਿਨ ਜਬ ਉਹਨੇ ਲਗਾ ਕਿ ਯੇ ਜਗ੍ਹਾ ਪਰਿਵਾਰੋਂ ਕੋ ਲਾਣੇ ਕੇ ਲੀਏ ਸੁਰਕਸ਼ਿਤ ਹੈ, ਤੋ 50 ਕੇ ਦਸ਼ਕ ਕੇ ਸ਼ੁਰੂਆਤੀ ਸਾਲੋਂ ਮੇਂ ਯਹਾਂ ਮਹਿਲਾਏ ਵੀ ਆਨੇ ਲਗੀ। ਜਿੰਦੋ ਸਿੰਘ ਸਾਲ 1962 ਵਿੱਚ ਆਸਟ੍ਰੇਲੀਆ ਪਹੁੰਚੀ। ਇਸ ਤੋਂ ਪਹਿਲਾਂ ਉਹਨਾਂ ਦੇ ਦਾਦਾ, ਪਿਤਾ ਅਤੇ ਚਾਚਾ ਆਸਟ੍ਰੇਲੀਆ ਆ ਚੁੱਕੇ ਸਨ। ਪਹਿਲਾਂ ਬਣਾਉਣੇ ਤੋਂ ਪਹਿਲਾਂ ਇਹ ਗੰਨਾ ਕੱਟਦੇ ਸੀ, ਫਿਰ ਇੱਦਾਂ ਕਹਿੰਦੇ ਸੀ ਅਸੀਂ ਆਪ ਬੈਰਕਾਂ 'ਚ ਵੀ ਰਹਿ ਲੈਂਦੇ ਸੀ, ਫਿਰ ਅਸੀਂ ਫਿਰ ਫਾਂਬੜੀਆਂ ਇੱਦਾਂ ਨਹੀਂ ਰੋਲਣੀਆਂ। ਫਿਰ ਕਹਿੰਦੇ ਸੀ ਸ਼ਾਇਦ ਜੇ ਕੁੜੀਆਂ ਅਸੀਂ ਲੈ ਜਾਈਏ ਕੁੜੀਆਂ ਦੇ ਪਰਾਹੁਣੇ ਨਾ ਆਉਣ ਦੇਣਗੇ, ਮੁੰਡਿਆਂ ਦੀਆਂ ਵਹੁਟੀਆਂ ਆਉਣ ਦੇਊਗੇ, ਕੁੜੀਆਂ ਦੇ ਪਰਾਹੁਣੇ ਨਹੀਂ ਆਉਣ ਦੇਊਗੇ। ਫਿਰ ਉੱਥੇ ਪੁੱਛਿਆ, ਉਹ ਕਹਿੰਦੇ ਲਿਜਾ ਸਕਦੇ ਹਾਂ। ਫਿਰ ਬਸ ਫਾਂਬੜੀਆਂ ਫਿਰ ਸਾਰੀਆਂ ਮੰਗਵਾਉਣ ਲੱਗ ਪਏ। ਅਮਰਜੀਤ ਸਿੰਘ ਮੌੜ ਮੁਤਾਬਕ ਸਾਲ 1967 ਵਿੱਚ ਇੱਕ ਵਿਵਾਦ ਦੇ ਨਿਪਟਾਰੇ ਲਈ ਸਿੱਖ ਭਾਈਚਾਰੇ ਦੀ ਬੈਠਕ ਵਿੱਚ ਆਪਸੀ ਬਹਿਸਬਾਜ਼ੀ ਹੋ ਗਈ। ਨਾਰਾਜ਼ ਸਿੱਖਾਂ ਨੇ ਆਪਣੀ ਖੁਦ ਦੀ ਜਗ੍ਹਾ ਬਣਾਉਣ ਦਾ ਫੈਸਲਾ ਕੀਤਾ। 1968 ਵਿੱਚ ਆਸਟ੍ਰੇਲੀਆ ਦਾ ਪਹਿਲਾ ਗੁਰਦੁਆਰਾ ਬਣਿਆ। ਡਿਜ਼ਾਈਨ ਦੈਟ ਦੇ ਕੇਮ ਅਪ ਫॉर द ਟੈਂਪਲ ਵਾਸ ਔਨ ਦ ਲਾਈਨਸ ਆਫ ਅ ਵਾਈਡ ਆਸਟ੍ਰੇਲੀਅਨ ਚਰਚ ਐਸ ਯੂ ਕੈਨ ਸੀ ਫਰਮ ਦ ਫਰਸਟ ਸਿੱਖ ਟੈਂਪਲ ਐਂਡ ਦੇਰ ਵਾਸ ਸਮ ਪੀਪਲ ਇਨ ਦੈਟ ਗਰੁੱਪ ਦੈਟ ਡਿਫਰਡ ਫਰਮ ਵਾਂਟਿੰਗ ਇਟ ਟੂ ਬੀ ਦੈਟ ਸਟਰਕਚਰ। ਦੇ ਵਾਂਟਡ ਦ ਟ੍ਰੈਡੀਸ਼ਨਲ ਡਾਇਮਸ ਲਾਈਕ ਅ ਪ੍ਰੋਪਰ ਗੁਰਦੁਆਰਾ ਫਰਮ ਇੰਡੀਆ। ਗੁਰਦੁਆਰਾ ਬਣਨ ਦੇ 2 ਸਾਲ ਬਾਅਦ ਨੇੜੇ ਹੀ ਦੂਜਾ ਗੁਰਦੁਆਰਾ ਬਣਿਆ। ਪਹਿਲੇ ਗੁਰਦੁਆਰੇ ਦੀ 50ਵੀਂ ਵਰੇਗੰਢ ਮੌਕੇ ਇੱਥੇ ਇੱਕ ਹੋਰ ਸੋਹਣਾ ਗੁਰਦੁਆਰਾ ਬਣ ਰਿਹਾ ਹੈ।